ਆਈਡੀਅਲ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਦੁਬਈ, ਜੋ ਆਪ ਸਭ ਦੀ ਸੇਵਾ ਵਿੱਚ 1990 ਤੋਂ ਗੁੱਜਰ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ। ਇਸ ਵਿੱਚ ਡਰਾਈਵਿੰਗ ਲਾਇਸੈਂਸ ਅਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ। ਹੁਣ ਹੋਰ ਵੀ ਨਵੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਲਾਹੌਰ ਵਿਖੇ ਆਓ ਅਤੇ ਇਸ ਵਧੀਆ ਮੌਕੇ ਦਾ ਲਾਭ ਉਠਾਓ। ਡਰਾਈਵਿੰਗ ਲਾਇਸੈਂਸ ਲਈ ਸਿਰਫ 50,000 ਐਡਵਾਂਸ, ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ। PNC ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ। ਦੁਬਈ ਜਾਣ ਦੇ ਚਾਹਵਾਨ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਖਰ ਨਾਲ ਸੰਪਰਕ ਕਰੋ। ਫੋਨ ਨੰਬਰ 98-150-26-644, 98-720-16-644। ਹਾਂਜੀ, ਤੁਸੀਂ ਦੇਖ ਰਹੇ ਹੋ ਲੋਕਮੰਚ TV ਚੈਨਲ, ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਹਰ ਵਾਰ ਕੋਈ ਨਵਾਂ ਟੈਲੈਂਟ, ਕੋਈ ਨਵੀਂ ਸ਼ਖਸੀਅਤ ਜਿਹੜੀ ਉਹ ਤੁਹਾਡੇ ਰੂਬਰੂ ਕਰਵਾਈਏ। ਤੇ ਅੱਜ ਜਿਹੜੀ ਸਾਡੇ ਨਾਲ ਸ਼ਖਸੀਅਤ ਬੈਠੀ ਆ, ਇਹ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਵੀ ਕਰਦੇ ਆ ਤੇ ਨਾਲ ਨਾਲ ਸੰਗੀਤ ਦਾ ਵੀ ਪੂਰਾ ਸ਼ੌਂਕ ਰੱਖਦੇ ਆ, ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਇੱਕ ਪੰਜਾਬ ਪੁਲਿਸ ਦੀ ਜਿਹੜੀ ਨੌਕਰੀ ਆ, ਕੋਈ ਵੀ ਸਰਕਾਰੀ ਨੌਕਰੀ ਆ, ਕਿਉਂਕਿ ਉਹ ਟਾਈਮ ਦੀ ਪਾਬੰਦ ਵਾ, ਤੇ ਤੁਸੀਂ ਆਪਣੀ ਸਰਵਿਸ ਵੀ ਨਾਲ ਕਰ ਰਹੇ ਹੋ, ਆਪਣੀ ਡਿਊਟੀ ਨੂੰ ਵੀ ਪੂਰਾ ਫਰਜ਼ ਵੀ ਨਿਭਾ ਰਹੇ ਹੋ, ਤੇ ਨਾਲ ਨਾਲ ਇਹ ਸੰਗੀਤ ਦਾ ਸ਼ੌਂਕ ਵੀ ਤੁਸੀਂ ਰੱਖਿਆ। ਹਾਂਜੀ, ਦੇਖੋ ਸੋਹਣਾ ਜੀ, ਇੱਦਾਂ ਗੱਲ ਆ ਵੀ ਆਪਾਂ ਪੰਜਾਬ ਪੁਲਿਸ ਦੀ ਡਿਊਟੀ ਕਰ ਰਹੇ ਹਾਂ, ਉਸ ਤੋਂ ਬਾਅਦ ਜਦੋਂ ਸਾਨੂੰ ਥੋੜ੍ਹਾ ਬਹੁਤਾ ਟਾਈਮ ਮਿਲਦਾ ਵਿੱਚੋਂ, ਡਿਊਟੀ ਔਫ ਜਦੋਂ ਹੁੰਦੀ ਆ, ਅਤੇ ਉਸ ਤੋਂ ਬਾਅਦ ਫਿਰ ਲਿਖਣ ਨਾਲ ਲਿਖ ਲਈਦਾ, ਥੋੜ੍ਹਾ ਬਹੁਤ ਰੂਹ ਨੂੰ ਖੁਸ਼ ਕਰ ਲਈਦਾ ਆਪਣੀ। ਆਪਾਂ ਨੂੰ ਬਹੁਤ ਗੀਤ ਸੰਗੀਤ ਨਾਲ ਬਹੁਤ ਪਿਆਰ ਆ, ਅਤੇ ਉਸ ਹਿਸਾਬ ਨਾਲ ਫਿਰ ਆਪਾਂ ਜਦੋਂ ਡਿਊਟੀ ਦੇ ਬਾਅਦ ਟਾਈਮ ਹੁੰਦਾ ਅਤੇ ਥੋੜ੍ਹਾ ਬਹੁਤਾ ਲਿਖ ਕੇ ਗੀਤ ਗਾਉਣ ਰਿਹਰਸਲ ਕਰਨ ਦਾ ਵੀ ਥੋੜ੍ਹਾ ਬਹੁਤਾ ਸ਼ੌਂਕ ਕਰੀਦਾ। ਇਹ ਵੀ ਚਲੋ, ਇਹ ਸ਼ੌਂਕ ਜਿੱਦਾਂ ਪਿਆ ਕਿੱਦਾਂ, ਇਹਦਾ ਪਿਛੋਕੜ ਕੀ ਆ ਕਿ ਜਿੱਦਾਂ ਬਚਪਨ ਤੋਂ ਹੀ ਇਹ ਸ਼ੌਂਕ ਸੀਗਾ ਕਿ ਕਿਉਂਕਿ ਇੱਕ ਪਾਸੇ ਤਾਂ ਕਿਉਂਕਿ ਨੌਕਰੀ ਆ ਜਿਹੜਾ ਉਹ ਮੇਨ ਹੋ ਗਿਆ ਤੁਹਾਡਾ, ਅਤੇ ਦੂਜੇ ਪਾਸੇ ਜਿਹੜਾ ਸੰਗੀਤ ਦਾ ਸ਼ੌਂਕ ਆ, ਗਾਇਕੀ ਦਾ ਸ਼ੌਂਕ ਆ, ਇਹ ਬਚਪਨ ਤੋਂ ਸੀਗਾ, ਇਹ ਕਿੱਦਾਂ ਪਿਆ? ਇਹ ਤਾਂ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਸੀ ਉਸ ਸਮੇਂ, ਬਹੁਤ ਸਾਲ ਪਹਿਲਾਂ, ਉਦੋਂ ਆਪਾਂ ਨੂੰ ਸ਼ੌਂਕ ਜਾਗਿਆ ਇਹਦਾ। ਬਾਕੀ ਕਲਾਕਾਰ ਬਹੁਤ ਆ, ਉਹਨਾਂ ਨੂੰ ਦੇਖ ਕੇ ਚਲੋ ਆਪਣਾ ਇੱਕ ਰੂਹ ਨੂੰ ਖੁਸ਼ ਕਰਨ ਲਈ ਤਾਂ ਇਹ ਲਿਖਣਾ ਵੀ ਸ਼ੁਰੂ ਕੀਤਾ। ਬਹੁਤ ਲਿਖਦਾ ਤਾਂ ਬਹੁਤ ਜ਼ਿਆਦਾ ਸੀਗਾ, ਹੌਲੀ ਹੌਲੀ ਮੈਂ ਹੁਣ ਥੋੜ੍ਹਾ ਜਿਹਾ ਹੋਰ ਸ਼ੌਂਕ ਆਪਣਾ ਅਬਲ ਕਰਨ ਲਈ। ਇਹ ਹੈਗਾ ਤਾਂ ਬਹੁਤ ਔਖਾ ਕੰਮ ਆ, ਕਿਉਂ ਇਹ ਚੀਜ਼ਾਂ ਬਹੁਤ ਰਿਹਰਸਲ ਮੰਗ ਰਹੀਆਂ, ਰਿਆਜ਼ ਮੰਗ ਰਹੀਆਂ ਬਹੁਤ। ਅਤੇ ਜਿੱਥੇ ਆਪਾਂ ਹੁਣ ਰਿਆਜ਼ ਦੀ ਗੱਲ ਕੀਤੀ ਆ ਕਿ ਕਿਸੇ ਤੋਂ ਉਸਤਾਦ ਵੀ ਬਿਤਾ ਰਿਹਾ, ਕੋਈ ਸਿੱਖਿਆ ਵੀ ਕਿਸੇ ਦੇ ਕੋਲੋਂ ਸੰਗੀਤ? ਹਾਂਜੀ ਹਾਂਜੀ, ਆਪਣੇ ਉਸਤਾਦ ਰਜਾ ਸਿੰਘ ਜੀ ਆ। ਅੱਛਾ ਜੀ, ਆਪਣੇ ਜੰਡਿਆਲੇ ਤੋਂ। ਠੀਕ ਹੈ, ਉਹਨਾਂ ਤੋਂ ਵੀ ਜਦੋਂ ਟਾਈਮ ਲੱਗੇ ਜਾਈਦਾ। ਹਾਂਜੀ ਠੀਕ, ਇਹਨਾਂ ਨੇ ਗੱਲ ਕੀਤੀ ਰਜਾ ਹੁਸੈਨ ਹੋਣਾ ਦੀ, ਉਹ ਕਾਲਜ ਟਾਈਮ ਤੋਂ ਸਾਡੇ ਵੀ ਬੜੇ ਪਿਆਰੇ ਮਿੱਤਰ ਆ, ਕਾਲਜ ਟਾਈਮ ਅਸੀਂ ਇਕੱਠਾ ਸਟੇਜਾਂ 'ਤੇ ਪਰਫੋਰਮ ਵੀ ਕਰਦੇ ਰਹੇ ਹਾਂ, ਅਤੇ ਉਹ ਇੱਕ ਬਹੁਤ ਹੀ ਪਿਆਰੀ ਰੂਹ ਆ, ਅਤੇ ਬਹੁਤ ਚੰਗੀ ਗੱਲ ਆ ਕਿ ਉਹ ਇੱਕ ਗੁਣੀ ਬੰਦਿਆਂ ਦੇ ਕੋਲੋਂ ਤੁਸੀਂ ਸਿੱਖ ਵੀ ਰਹੇ ਹੋ। ਅਤੇ ਦੂਜੇ ਪਾਸੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬੀ ਗੀਤਾਂ ਦੇ ਨਾਲ ਨਾਲ, ਕਿਉਂਕਿ ਤੁਹਾਡੇ ਜਿਹੜੇ ਰਿਕਾਰਡ ਗੀਤ ਆ ਉਹ ਬੜੇ ਪਿਆਰੇ ਮਿੱਠੇ ਮਿੱਠੇ ਹਿੰਦੀ ਗੀਤ ਵੀ ਤੁਸੀਂ ਲਿਖੇ ਤਾਂ ਗਾਏ, ਇਹ ਪੰਜਾਬੀ ਦੇ ਨਾਲ ਨਾਲ ਹਿੰਦੀ ਵੱਲੋਂ ਕਿੱਦਾਂ ਰੁਝਾਨ ਗਿਆ? ਦੇਖੋ ਸੋਹਣਾ ਜੀ, ਇੱਦਾਂ ਦੀ ਰੂਹ ਹੁੰਦੀ ਆਪਣੀ, ਜਿੱਦਾਂ ਹੁਣ ਪਹਿਲਾਂ ਤੋਂ ਬਚਪਨ ਤੋਂ ਹਿੰਦੀ ਵੀ ਬਹੁਤ ਸੁਣਿਆ ਗੀਤ ਮੈਂ, ਪੰਜਾਬੀ ਵੀ ਬਹੁਤ ਸੁਣਿਆ, ਜਾਣੀ ਹਿੰਦੀ ਇੱਕ ਰੂਹ ਨੂੰ ਸਕੂਨ ਬਹੁਤ ਮਿਲਦਾ ਹਿੰਦੀ, ਆਪਾਂ ਹੈਗੇ ਤਾਂ ਪੰਜਾਬੀ ਹੁੰਦਾ,
ਤਾਂ ਪਰ ਫਿਰ ਵੀ ਇੱਕ ਜਿਹੜੀ ਪਿਆਰੀ ਬੋਲੀ ਹੈ ਨਾ ਹਿੰਦੀ, ਮੈਨੂੰ ਬਹੁਤ ਪਿਆਰੀ ਲੱਗੀ ਹੈ ਅਤੇ ਉਹ ਲਿਖਣ ਦਾ ਤਾਂ ਮੈਨੂੰ ਵੀ ਥੋੜ੍ਹਾ ਬਹੁਤਾ ਸ਼ੌਂਕ ਜਾ ਗਿਆ ਅਤੇ ਮੈਂ ਤੁਮੀ ਹੋ ਇਸ ਦੁਨੀਆ ਮੈਂ ਤੁਮੇ ਹਮ ਪਿਆਰ ਕਰਦੇ ਹਾਂ ਇਹ ਗੀਤ ਮੈਂ ਅਤੇ ਮੈਂ ਕਿਹਾ ਥੋੜ੍ਹਾ ਜਿਹਾ ਤੁਸੀਂ ਗਾ ਕੇ ਸੁਣਾਓ ਕਿ ਦਰਸ਼ਕਾਂ ਨੂੰ ਵੀ ਪਤਾ ਲੱਗੇ ਵੀ ਜਿਹੜਾ ਗੀਤ ਹੈ ਇਹ ਵੈਸੇ ਵੀ ਸੋਸ਼ਲ ਮੀਡੀਆ 'ਤੇ ਬਹੁਤ ਵਧੀਆ ਤਰੀਕੇ ਨਾਲ ਲੋਕ ਇਹਨੂੰ ਪਸੰਦ ਕਰ ਰਹੇ ਇਸ ਗੀਤ ਨੂੰ, ਤਾਂ ਤੁਸੀਂ ਵੀ ਸੁਣਾਓ। ਓਕੇ ਓਕੇ। ਤੁਮੀ ਹੋ ਇਸ ਦੁਨੀਆ ਮੇ ਤੁਮੇ ਹਮ ਪਿਆਰ ਕਰਦੇ ਹੈ, ਮੁਹੱਬਤ ਤੁਮੀ ਸੇ ਕਰਦੇ ਹੈ ਹਮ ਜਿਹੇ ਇਜ਼ਹਾਰ ਕਰਦੇ ਹੈ। ਤੁਮੀ ਹੋ ਇਸ ਦੁਨੀਆ ਮੇ ਤੁਮੇ ਹਮ ਪਿਆਰ ਕਰਦੇ ਹੈ। ਬਹੁਤ ਵਧੀਆ ਜੀ, ਬਹੁਤ ਪਿਆਰਾ ਗੀਤ ਆ ਜਿਹੜਾ ਉਹ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਇਸ ਗੀਤ ਨੂੰ ਸੁਣ ਸਕਦੇ ਹੋ, ਯੂਟਿਊਬ 'ਤੇ ਪੂਰਾ ਗੀਤ ਜਿਹੜਾ ਰਿਕਾਰਡ ਵੀਡੀਓ ਵੀ ਇਹਦਾ। ਖੁਦਾ ਮਹਿਬੂਬ ਮਿਲਾ ਦੇ ਤੂੰ ਜਿਹੀ ਫਰਿਆਦ ਕਰਦੇ ਹੈ, ਤੁਮੀ ਹੋ ਇਸ ਦੁਨੀਆ ਮੇ ਤੁਮੇ ਹਮ ਪਿਆਰ ਕਰਦੇ ਹੈ। ਅਤੇ ਆਪਾਂ ਗੱਲ ਕਰੀਏ ਅੱਗੇ ਤੋਰੀਏ ਗੱਲ, ਅੱਜ ਤੱਕ ਕਿੰਨੇ ਗੀਤ ਪੰਜਾਬੀ ਅਤੇ ਹਿੰਦੀ ਲਿਖ ਚੁੱਕੇ ਹੋ? ਦੇਖੋ ਜੀ, ਪੰਜਾਬੀ ਤਾਂ ਮੈਂ ਜਿੱਦਾਂ ਹੋ ਗਿਆ ਜਾਣੀ ਇੱਕ ਸੱਭਿਆਚਾਰਕ ਗੀਤ, ਜਿੱਦਾਂ ਭੈਣ ਭਰਾ ਦਾ ਗੀਤ ਉਹ ਲਿਖਿਆ ਸੀ, ਇੱਕ ਮਾਂ ਨੀ ਪੁੱਤ ਨੂੰ ਮਾੜਾ ਕਹਿੰਦੀ ਇਹ ਲਿਖਿਆ ਸੀ, ਜਿੱਦਾਂ ਘਰ ਪਰਿਵਾਰ ਵਿੱਚ ਆਪਾਂ ਸੁਣ ਸਕੀਏ ਅਤੇ ਵਧੀਆ ਤਰੀਕੇ ਨਾਲ ਇਹ ਆਪਣੇ ਮਾਂ ਬਾਪ ਦੇ ਨਾਲ ਵੀ ਆਪਣਾ ਪਿਆਰ ਜ਼ਾਹਰ ਕਰ ਸਕੀਏ। ਹਾਂਜੀ ਹਾਂਜੀ। ਅਤੇ ਅੱਜ ਤੱਕ ਕਿੰਨੇ ਗੀਤ ਜਿਹੜੇ ਉਹ ਤੁਸੀਂ ਰਿਕਾਰਡ ਕਰਵਾ ਚੁੱਕੇ ਹੋ, ਔਰ ਆਪਣੇ ਹੀ ਲਿਖੇ ਗਾਏ ਜਾਂ ਕਿਸੇ ਹੋਰ ਰਾਈਟਰ ਦਾ ਵੀ ਗੀਤ ਜਿਹੜਾ ਰਿਕਾਰਡ ਕਰਾਇਆ? ਨਹੀਂ ਜੀ, ਆਪਣੇ ਲੈ ਕੇ ਮੈਂ ਜ਼ਿਆਦਾ ਸ਼ੌਂਕ, ਮੈਨੂੰ ਇਹੀ ਜ਼ਿਆਦਾ ਆ ਵੀ ਮੈਂ ਆਪਣੇ ਲੈ ਕੇ ਹੀ ਗਾਵਾਂ ਅੱਜ। ਠੀਕ ਹੈ, ਕਿਸੇ ਹੋਰ ਰਾਈਟਰ ਦਾ ਨਹੀਂ ਗੀਤ ਲਿਆ। ਅਤੇ ਕਿੰਨੇ ਕੁ ਅੱਜ ਤੱਕ ਜਿਹੜੇ ਉਹ ਰਿਕਾਰਡ ਹੋ ਚੁੱਕੇ ਗੀਤ ਜਿਨ੍ਹਾਂ ਦੀ ਵੀਡੀਓ ਜਾਂ ਸੋਸ਼ਲ ਮੀਡੀਆ 'ਤੇ ਜਾਂ ਕਿਸੇ ਵੀ ਪਲੇਟਫਾਰਮ 'ਤੇ ਜਿਹੜੇ ਗੀਤ ਆ ਤੁਹਾਡੇ? ਲੋਕਲ ਸਟੂਡੀਓ ਜਿੱਦਾਂ ਮੈਂ ਜਿੱਦਾਂ ਆਮ ਹੁੰਦੇ ਆ ਸਟੂਡੀਓ, ਉਹਨਾਂ ਵਿੱਚ ਮੈਂ ਤਕਰੀਬਨ 5-7 ਗੀਤ ਹੈਗੇ ਆ, 7 ਗੀਤ ਆਪਣੇ ਹਿੰਦੀ ਭਾਗ ਵਿੱਚ ਜਿਹੜੇ ਰਿਕਾਰਡ ਹੋ ਚੁੱਕੇ ਅਤੇ ਵੀਡੀਓ ਹਾਂਜੀ ਹਾਂਜੀ ਬਣ ਚੁੱਕੇ ਆ ਵੀਡੀਓ। ਅਤੇ ਜੇ ਆਪਾਂ ਗੱਲ ਕਰੀਏ ਕਿ ਜਦੋਂ ਰਾਈਟਰ ਕੋਈ ਵੀ ਲਿਖਦਾ ਆ ਤਾਂ ਉਹਨੂੰ ਆਸ ਹੁੰਦੀ ਆ ਕਿ ਉਹ ਕਾਪੀ ਚੱਕ ਕੇ ਕਿਸੇ ਨਾ ਕਿਸੇ ਸਿੰਗਰ ਕੋਲ ਜਾਂਦਾ, ਤੁਸੀਂ ਵੀ ਇੱਦਾਂ ਕਦੇ ਕਿਸੇ ਸਿੰਗਰ ਦੇ ਨਾਲ ਸੰਪਰਕ ਕੀਤਾ ਵੀ ਮੈਂ ਫਲਾਨੇ ਸਿੰਗਰ ਕੋਲ ਜਾਵਾਂ ਉਹਨੂੰ ਆਪਣਾ ਅੱਗੇ ਲਿਖਿਆ ਗੀਤ ਦੇਵਾਂ, ਅਤੇ ਇੱਦਾਂ ਵੀ ਤੂੰ ਕੋਸ਼ਿਸ਼ ਕੀਤੀ? ਨਹੀਂ, ਇੱਦਾਂ ਦੀ ਕੋਸ਼ਿਸ਼ ਜਿੱਦਾਂ ਆਪਣੇ ਉਸਤਾਦ ਰਜਾ ਹੁਸੈਨ ਕੋਲ ਨਾ ਕੋਈ ਮੈਂ ਕਿਹਾ ਉਹਨਾਂ ਦੀ ਸਲਾਹ ਲਈ ਹੈ ਮੈਂ। ਠੀਕ ਹੈ, ਅਤੇ ਬਾਕੀ ਹੋਰ ਸਿੰਗਰ ਕੋਲ ਨਹੀਂ ਮੈਨੂੰ ਮੌਕਾ ਮਿਲਿਆ ਜਾਣ ਦਾ, ਜੇ ਕੋਈ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਜਾਵਾਂਗਾ। ਹਾਂਜੀ ਠੀਕ ਹੈ, ਵੀ ਜਾਣੀ ਕਿ ਮੈਂ ਹੈਗੀ ਆ ਤਾਂ ਨਾ ਕਿ ਤੁਹਾਡੇ ਲਿਖੇ ਗਾਣੇ ਜਿਹੜੇ ਉਹ ਹੋਰ ਸਿੰਗਰ ਵੀ ਗਾਉਣ, ਪਰ ਮੈਂ ਅੱਜ ਜਿਹੜੇ ਵੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਆ ਜਾਂ ਇਸ ਸਿੰਗਰ ਜਿਹੜੇ ਵੀਰ ਆ ਗਾਇਕੀ ਲਾਈਨ ਦੇ ਵਿੱਚ, ਉਹਨਾਂ ਨੂੰ ਕਹੂੰਗਾ ਕਿ ਮੇਜਰ ਸ਼ੰਕਰ ਜੀ ਬਹੁਤ ਵਧੀਆ ਲਿਖਦੇ ਆ ਪੰਜਾਬੀ ਵੀ ਤਾਂ ਹਿੰਦੀ ਵੀ, ਅਗਰ ਕਿਸੇ ਨੇ ਵੀ ਕੋਈ ਗੀਤ ਲੈਣਾ ਹੋਵੇ ਤਾਂ ਤੁਸੀਂ ਇਹਨਾਂ ਨੂੰ ਪਿੰਡ ਸ਼ੰਕਰ ਕਿਸੇ ਨੂੰ ਵੀ ਪੁੱਛ ਸਕਦੇ ਹੋ ਮੇਜਰ ਸਿੰਘ, ਅਤੇ ਇਹਨਾਂ ਦੇ ਨਾਲ ਗੱਲ ਕਰਕੇ ਬਹੁਤ ਪਿਆਰੇ ਪਿਆਰੇ ਗੀਤ ਲਿਖਦੇ ਆ। ਅਤੇ ਹੋਰ ਤੁਸੀਂ ਅੱਜ ਤੱਕ ਜਿਹੜਾ ਇਸ ਸਫ਼ਰ ਬਾਰੇ ਕੀ ਕਹਿਣਾ ਚਾਹੁੰਦੇ, ਅੱਜ ਤੱਕ ਜਿੰਨਾ ਵੀ ਸਫ਼ਰ ਤੁਹਾਡਾ ਹੋਇਆ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਨਾ ਚਾਹੁੰਦੇ ਇਸ ਲਾਈਨ ਦੇ ਵਿੱਚ ਹੋਰ ਨਵਾਂ? ਹੋਰ ਸਫ਼ਰ ਇਹ ਆ ਵੀ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵਧੀਆ ਗੀਤ ਸੁਣਨ,
ਸੱਭਿਆਚਾਰਕ ਸੁਣ, ਜਿੱਦਾਂ ਘਰ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਆਪਣੇ ਉਹ ਗੀਤ ਸੁਣ, ਅਤੇ ਨਸ਼ਿਆਂ ਤੋਂ ਪਰਾਂ ਹਟ ਕੇ ਬਹੁਤ ਜਾਣੀ ਉਹਨਾਂ ਤੋਂ ਬਚਾਅ ਰੱਖਣਾ ਚਾਹੀਦਾ ਨਸ਼ਿਆਂ ਨੂੰ, ਉਹਨਾਂ ਤੋਂ ਨਸ਼ਿਆਂ ਨੂੰ ਛੱਡ ਕੇ ਚੰਗਾ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ, ਉਹ ਇੱਦਾਂ ਦੇ ਪਰਿਵਾਰਕ ਗੀਤ ਸੁਣ। ਹਾਂਜੀ, ਕਿਉਂਕਿ ਪੰਜਾਬ ਪੁਲਿਸ ਦੀ ਨੌਕਰੀ ਕਰਦੇ ਕਰਦੇ ਉੱਥੇ ਵੀ ਜਿੱਦਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਨੇੜੇ ਦੇ ਹੋਰ ਮੁਲਾਜ਼ਮ ਹੋਣੇ ਉਹਨਾਂ ਦੇ ਨਾਲ ਬਹਿੰਦੇ ਉੱਠਦੇ ਆ, ਫਿਰ ਉੱਥੇ ਮਹਿਫਲ ਵੀ ਲਾਉਣੇ ਪੈਂਦਾ, ਕੀ ਲੱਗਦਾ ਉੱਥੇ ਫਿਰ ਪੂਰੀ ਮਹਿਫਲ ਲੱਗਦੀ ਆ? ਹਾਂਜੀ ਹਾਂਜੀ, ਜਦੋਂ ਆਪਾਂ ਡਿਊਟੀ ਤੋਂ ਥੋੜ੍ਹਾ ਜਿਹਾ ਸਾਨੂੰ ਔਫ ਹੋ ਜਾਂਦੀ ਡਿਊਟੀ ਤੋਂ, ਸਮਾਂ ਮਿਲਦਾ ਥੋੜ੍ਹਾ ਬਹੁਤਾ ਅਤੇ ਥੋੜ੍ਹਾ ਜਿਹਾ ਇੰਜੋਏ ਵੀ ਕਰੀਦਾ। ਹਾਂਜੀ, ਫਿਰ ਕਿਹੜਾ ਗੀਤ ਹੈ ਜਿਹੜਾ ਜ਼ਿਆਦਾ ਗਾਉਂਦੇ ਨੇ? ਜ਼ਿਆਦਾ ਗੀਤ ਜਿੱਦਾਂ ਹੁਣ ਪੰਜਾਬੀ ਗੀਤ ਹੋ ਗਿਆ, ਜਿੱਦਾਂ ਆਪਣੇ ਮੈਂ ਬੋਲੀਆਂ ਨਹੀਂ ਪਾਈਆਂ ਸ਼ੰਕਰ ਦੀਆਂ। ਹਾਂਜੀ, ਮੈਂ ਕਿਹਾ ਦਰਸ਼ਕਾਂ ਨੂੰ ਥੋੜ੍ਹੀ ਜਿਹੀ ਆਪਾਂ ਸੁਣਾ ਦਈਏ। ਠੀਕ ਹੈ ਜੀ। ਨਕੋਦਰ ਸ਼ੰਕਰ ਪਿੰਡ ਤੇ ਤੈਨੂੰ ਗਿੱਧੇ ਵਿਖਾਵਾਂਗਾ, ਨਕੋਦਰ ਸ਼ੰਕਰ ਪਿੰਡ ਤੇ ਤੈਨੂੰ ਗਿੱਧੇ ਵਿਖਾਵਾਂਗਾ, ਤੂੰ ਨੱਚੂਗੀ ਨਾ ਤੇਰੇ ਤੇ ਬੋਲੀਆਂ ਪਾਵਾਂਗਾ, ਤੂੰ ਨੱਚੂਗੀ ਨਾ ਤੇਰੇ ਤੇ ਬੋਲੀਆਂ ਪਾਵਾਂਗਾ, ਤੂੰ ਨੱਚੂਗੀ ਨਾਲ ਤੇਰੇ ਮੈਂ ਬੋਲੀਆਂ ਪਾਵਾਂਗਾ। ਸ਼ੰਕਰ ਪਿੰਡ ਦੇ ਗਿੱਧਿਆਂ ਨੂੰ ਤਾਂ ਸਾਰੇ ਜਾਣਦੇ ਆ, ਅਤੇ ਇਹ ਜਿਹੜਾ ਬਹੁਤ ਹੀ ਪਿਆਰਾ ਗੀਤ ਜਿਹੜਾ ਗਿੱਧਿਆਂ ਦੇ ਇੱਕ ਸੱਭਿਆਚਾਰ ਨੂੰ ਦਰਸਾਉਂਦਾ, ਅਤੇ ਇੱਥੇ ਮੈਂ ਦਰਸ਼ਕਾਂ ਨੂੰ ਇਹ ਵੀ ਕਹੂੰਗਾ ਕਿ ਜਿਹੜੇ ਗਿੱਧਿਆਂ ਦਾ ਪਰੰਪਰਾਗਤ ਪਿਛੋਕੜ ਆ ਉਹ ਇੱਕ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਆ। ਕੁਛ ਟਾਈਮ ਪਹਿਲਾਂ ਵਿੱਚ ਇਹੋ ਜਿਹੇ ਸਾਲ ਜ਼ਰੂਰ ਆਏ ਆ ਕਿ ਅਸੱਭਿਅਕ ਤਰੀਕੇ ਨਾਲ ਇੱਥੇ ਕੁਛ ਬੋਲੀਆਂ ਪੈਣ ਲੱਗ ਪਈਆਂ ਸੀਗੀਆਂ, ਪਰ ਹੁਣ ਕੁਛ ਸਾਲਾਂ ਤੋਂ ਫਿਰ ਦੁਬਾਰਾ ਬਜ਼ੁਰਗਾਂ ਦੀ ਇਸ ਵਿਰਾਸਤ ਨੂੰ ਜਿਹੜਾ ਪਿੰਡ ਵਾਸੀਆਂ ਨੇ ਕੋਸ਼ਿਸ਼ ਕਰਕੇ, ਛਿੰਝ ਕਮੇਟੀ ਆ ਸਾਡੇ ਪਿੰਡ ਸ਼ੰਕਰ ਪਿੰਡ ਦੀ, ਕੋਸ਼ਿਸ਼ ਕਰਕੇ ਇਸ ਫੀਲਡ ਨੂੰ ਜਿਹੜਾ ਇਸ ਲਾਈਨ ਨੂੰ ਫਿਰ ਦੁਬਾਰਾ ਉਸ ਲੜੀ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਆ ਕਿ ਸੱਭਿਆਚਾਰਕ ਰੰਗ ਜਿਹੜਾ ਉਹ ਬਰਕਰਾਰ ਰਹੇ। ਅਤੇ ਆਪਾਂ ਹੋਰ ਗੱਲ ਕਰਦੇ ਸੰਗੀਤ ਦੀ, ਅਤੇ ਕੌਣ ਮਿਊਜ਼ਿਕ ਡਾਇਰੈਕਟਰ ਆ ਜਿਹੜੇ ਤੁਹਾਡੇ ਗੀਤਾਂ ਦੇ ਵਿੱਚ ਜਿਹੜਾ ਮਿਊਜ਼ਿਕ ਦਿੰਦੇ ਆ? ਬੜਾ ਪਿਆਰਾ ਪਿਆਰਾ ਮਿਊਜ਼ਿਕ ਹੁੰਦਾ ਗੀਤਾਂ ਦੇ ਵਿੱਚ। ਮਿਊਜ਼ਿਕ ਡਾਇਰੈਕਟਰ ਆਪਣੇ, ਇੱਕ ਤਾਂ ਹੁਣ ਨਵਾਂ ਗੀਤਕ ਮੇਰਾ ਡੀਜੇ ਸੌਂਗ ਆ ਰਿਹਾ ਜਿਤਿੰਦਰ ਜੀਤੂ ਜੀ, ਆਪਣੇ ਜਲੰਧਰ ਮਿਊਜ਼ਿਕ ਡਾਇਰੈਕਟਰ ਨੇ, ਠੀਕ ਹੈ, ਉਹ ਕਰ ਰਹੇ ਨੇ। ਹਾਂਜੀ ਹਾਂਜੀ, ਇੱਕ ਆਪਣਾ ਸੱਭਿਆਚਾਰਕ ਦੇ ਨਾਲ ਨਾਲ ਉਹ ਇੱਕ ਚੰਗੀ ਸੇਧ ਦੇਵੇਗਾ, ਜਿੱਦਾਂ ਪੰਜਾਬੀ ਸੱਭਿਆਚਾਰਕ ਡੀਜੇ ਸੌਂਗ ਭੰਗੜੇ ਲਈ ਵਧੀਆ ਹੋਵੇ। ਹਾਂਜੀ ਹਾਂਜੀ, ਚਲੋ ਬਹੁਤ ਵਧੀਆ ਗੱਲ ਆ। ਅਤੇ ਕਿਉਂਕਿ ਜਿਹੜੇ ਨਵੇਂ ਰਾਈਟਰ ਆ, ਨਵੇਂ ਮੁੰਡੇ ਆ ਇਸ ਲਾਈਨ ਦੇ ਵਿੱਚ ਲਿਖਣਾ ਚਾਹੁੰਦੇ ਆ ਜਾਂ ਗਾਇਕ ਬਣਨਾ ਚਾਹੁੰਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਉਹ ਕਿਉਂਕਿ ਬਹੁਤ ਸਾਰੀਆਂ ਇਸ ਲਾਈਨ ਦੇ ਵਿੱਚ, ਕਿਉਂਕਿ ਇੱਕ ਸ਼ੌਂਕ ਜਿਹੜਾ ਆ ਉਹ ਵੱਖਰੀ ਗੱਲ ਆ, ਕਿਉਂਕਿ ਤੁਸੀਂ ਸਰਵਿਸ ਕਰਦੇ ਹੋ, ਤੁਹਾਡਾ ਜਿਹੜਾ ਆਪਣਾ ਫੀਲਡ ਆ ਉਹਦੇ ਨਾਲ ਨਾਲ ਤੁਸੀਂ ਸ਼ੌਂਕ ਰੱਖਦੇ ਆ, ਤਾਂ ਪਰ ਬਹੁਤ ਸਾਰੇ ਹੋਰ ਨਵੇਂ ਮੁੰਡੇ ਆ ਕਿ ਤੁਹਾਨੂੰ ਲੱਗਦਾ ਕਿ ਸ਼ੌਂਕ ਦੇ ਨਾਲ ਨਾਲ ਪਹਿਲਾਂ ਹੀ ਆਪਣਾ ਜਿਹੜਾ ਰੁਜ਼ਗਾਰ ਦਾ ਪ੍ਰਬੰਧ ਵੀ ਕਰ ਲੈਣਾ ਚਾਹੀਦਾ? ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਇਸ ਫੀਲਡ ਵਿੱਚ ਖਰਚਾ ਤੁਹਾਨੂੰ ਪਤਾ ਬਹੁਤ ਖਰਚਾ ਹੁੰਦਾ, ਅਤੇ ਅੱਛੀ ਕੁਆਲਿਟੀ ਦਾ ਜੇ ਵੀਡੀਓ ਬਣਾਉਣਾ ਹੋਵੇ ਜਾਂ ਵਧੀਆ ਗੀਤ ਆਪਾਂ ਰਿਕਾਰਡ ਕਰਾਉਣਾ ਹੈ, ਤੁਹਾਨੂੰ ਬਹੁਤ ਖਰਚਾ ਆ ਜਾਂਦਾ, ਅਤੇ ਉਹ ਆਪਣਾ ਇਸ ਕਰ ਦਾ ਪ੍ਰਬੰਧ ਤੁਹਾਨੂੰ ਪਹਿਲਾਂ ਕੰਮ ਤਾਂ ਬਹੁਤ ਜ਼ਰੂਰੀ ਹਨ ਜੀ। ਯਾਨੀ ਕਿ ਜੇ ਗਾਇਕੀ ਦੇ ਨਾਲ ਨਾਲ ਤੁਹਾਨੂੰ ਆਪਣਾ ਕੋਈ ਨਾ ਕੋਈ ਕਿੱਤਾ ਵੀ ਜ਼ਰੂਰ ਹੋਰ ਵੀ ਰੱਖਣਾ ਚਾਹੀਦਾ ਜਿਹਦੇ ਨਾਲ ਤੁਹਾਡੀ ਸੇਫ ਸਾਈਡ ਰਹੇ, ਅਤੇ ਇੱਦਾਂ ਨਹੀਂ ਵੀ ਕੁਛ ਸਾਲ ਮਿਹਨਤ ਕਰਨ ਤੋਂ ਬਾਅਦ ਤੁਹਾਨੂੰ ਲੱਗੇ ਕਿ ਮੈਂ ਕੋਈ ਕੰਮ ਨਾਲ ਜ਼ਰੂਰ ਕਰਨਾ ਚਾਹੀਦਾ ਸੀਗਾ। ਇਹਨਾਂ ਦੀ ਇੱਕ ਬਹੁਤ ਵਧੀਆ ਸੇਧ ਆ ਜਿਹੜੀ ਆਉਣ ਵਾਲੇ ਨਵੇਂ ਸਿੰਗਰਾਂ ਦੇ ਲਈ ਅਤੇ ਨਵੇਂ ਰਾਈਟਰਾਂ ਦੇ ਲਈ। ਹੋਰ ਆਪਾਂ ਜੇ ਗੱਲ ਕਰੀਏ ਕਿ ਅੱਜ ਤੱਕ ਕਿਹੜਾ ਸਿੰਗਰ ਆ ਜਿਹੜਾ ਤੁਹਾਨੂੰ ਲੱਗਦਾ ਕਿ ਜਿਹਦੇ ਵੱਲ ਦੇਖ ਕੇ ਤੁਸੀਂ ਬੜੇ ਪ੍ਰਭਾਵਿਤ ਹੋਏ ਵੀ ਆਹ ਉਹ ਸਿੰਗਰ ਸੀ ਜਿਹਦੇ ਕਰਕੇ ਮੈਨੂੰ ਵੀ ਲੱਗਾ ਕਿ ਮੈਂ ਵੀ ਗਾਉਣਾ ਆ? ਜਾਣੀ ਸਿੰਗਰ ਤਾਂ ਤਕਰੀਬਨ ਸਾਰੇ ਵਧੀਆ ਆ ਆਪਣੀ ਆਪਣੀ ਜਗ੍ਹਾ,
ਆਪੋ ਆਪਣਾ ਹੁੰਦਾ ਖਿਆਲ ਹੁੰਦਾ ਆਪਣਾ ਲਿਖਣਾ ਜਾਂ ਗਾਉਣਾ, ਇਹ ਪਬਲਿਕ ਜਿੱਦਾਂ ਪਸੰਦ ਕਰਦੀ ਹੈ ਤਾਂ ਉਸ ਹਿਸਾਬ ਨਾਲ ਉਹ ਹਿੱਟ ਕਲਾਕਾਰ ਹੋ ਜਾਂਦੇ ਆ। ਹਾਂਜੀ, ਤੁਹਾਡੀ ਪਸੰਦ ਦਾ ਕਿਹੜਾ ਜਿਹੜਾ ਤੁਹਾਨੂੰ ਲੱਗਾ ਹੋਵੇ ਕਿ ਇਹ ਸਿੰਗਰ ਨੂੰ ਮੈਂ ਗਾਣੇ ਸੁਣ ਸੁਣ ਕੇ ਮੈਂ ਵੱਡਾ ਹੋਇਆ ਅਤੇ ਮੈਨੂੰ ਸ਼ੌਂਕ ਵੀ ਪਿਆ? ਮੈਂ ਤਾਂ ਜਿੱਦਾਂ ਗੁਰਦਾਸ ਮਾਨ ਜੀ ਹੋਏ ਆਪਣੇ, ਕੇਸ ਮੁੱਖਣ ਜੀ ਹੋਏ ਆਪਣੇ ਚੰਗ ਦੇ, ਉਹਨਾਂ ਨੂੰ ਵੀ ਬਹੁਤ ਬਹੁਤ ਉਹਨਾਂ ਦੇ ਗੀਤ ਵਧੀਆ, ਹੱਲਾ ਸ਼ੇਰੀ ਵਾਲੇ ਗੀਤ ਆ। ਅਤੇ ਹੋਰ ਵੀ ਕਲਾਕਾਰ ਬਹੁਤ ਹੈਗੇ ਆ, ਜਿੱਦਾਂ ਤੁਸੀਂ ਬਹੁਤ ਵਧੀਆ ਗਾ ਰਹੇ ਅੱਜ ਕੱਲ੍ਹ। ਚਲੋ, ਅਸੀਂ ਵੀ ਇੱਕ ਸ਼ੌਂਕ ਰੱਖਦੇ ਹਾਂ ਨਾਲ, ਕਿਉਂਕਿ ਸ਼ੌਂਕ ਵੀ ਬੜਾ ਜ਼ਰੂਰੀ ਹੈ। ਸ਼ੌਂਕ ਬਹੁਤ ਜ਼ਰੂਰੀ ਹਾਂ, ਕਿਉਂਕਿ ਜਿਹੜਾ ਤੁਹਾਡੀ ਲਾਈਫ ਦੇ ਵਿੱਚ ਸ਼ੌਂਕ ਨਾਲ ਤੁਸੀਂ ਇੱਕ ਜਿਹੜੀ, ਕਿਉਂਕਿ ਅੱਜ ਦੀ ਲਾਈਫ ਜਿਹੜੀ ਉਹ ਬੜੀ ਭੱਜ ਨੱਠ ਵਾਲੀ ਹੈ, ਉਹਦੇ ਵਿੱਚ ਸ਼ੌਂਕ ਵੀ ਆਪਣਾ ਜਿਹੜਾ ਰੱਖਣਾ ਜ਼ਰੂਰ ਚਾਹੀਦਾ, ਜਿਹਦੇ ਨਾਲ ਤੁਸੀਂ ਹੱਸਦੇ ਖੇਡਦੇ ਹਾਂ ਪਰਿਵਾਰ ਦੇ ਵਿੱਚ, ਤੁਹਾਨੂੰ ਹੱਸਣਾ ਖੇਡਣਾ ਚਾਹੀਦਾ ਐਨ ਪੂਰਾ ਹਰ ਟਾਈਮ, ਕਿਉਂਕਿ ਸੜੇ ਜਿਹੇ ਸੁਭਾਅ ਜਿਹੜੇ ਹਰ ਟਾਈਮ ਨਹੀਂ ਰੱਖਣੇ ਚਾਹੀਦੇ, ਅਤੇ ਸ਼ੌਂਕ ਜਿਹੜਾ ਰੱਖਣਾ, ਕਿਉਂਕਿ ਸੰਗੀਤ ਉਹ ਇੱਕ ਰੂਹ ਦੀ ਖੁਰਾਕ ਆ, ਅਤੇ ਜੇ ਸੰਗੀਤ ਨਾਲ ਜੁੜੇ ਹਾਂ ਤਾਂ ਤੁਸੀਂ ਐਟੋਮੈਟਿਕਲੀ ਤੁਸੀਂ ਕਿਸੇ ਦੇ ਨਾਲ ਜਿਹੜਾ ਤੁਹਾਨੂੰ ਬੜੀ ਮਿੱਠੀ ਬੋਲੀ ਹੋਊਗੀ ਤੁਹਾਡੀ, ਇਹ ਬੜੇ ਅਹਿਮ ਰੱਖਦੇ ਆ, ਇਹ ਰੂਹ ਦੀ ਖੁਰਾਕ ਹੈ। ਤਾਂ ਮੈਂ ਕੋਈ ਇਹ ਨਹੀਂ ਕਹਿੰਦਾ ਵੀ ਇਹਦੇ ਵਿੱਚੋਂ ਕੋਈ ਆਪਾਂ ਨੂੰ ਕੋਈ ਇਹਦਾ ਵਪਾਰ ਕਰੀਏ ਆਪਾਂ, ਗੀਤ ਸੰਗੀਤ ਜਿਹੜਾ ਇੱਕ ਰੂਹ ਦੀ ਇੱਕ ਖੁਰਾਕ ਹੁੰਦੀ ਹੈ, ਇਹਦਾ ਆਪਾਂ ਕੋਈ ਵਪਾਰ ਨਹੀਂ ਕਰਨਾ ਚਾਹੁੰਦੇ, ਇੱਕ ਸਿਰਫ ਮੈਂ ਤਾਂ ਇੱਕ ਸ਼ੌਂਕ ਪੂਰਾ ਕਰਦਾ ਆਪਾਂ, ਵੀ ਇੱਕ ਇੰਜੋਏ ਵੀ ਹੋ ਜਾਏਗਾ ਆਪਣੇ ਜ਼ਿੰਦਗੀ ਦਾ ਵਧੀਆ, ਇੱਕ ਜ਼ਿੰਦਗੀ ਦੇ ਵਿੱਚ ਆਪਣੀ ਖੁਸ਼ੀ ਜਿਹੜੀ ਆ ਇੱਕ ਰੂਹ ਦੀ ਖੁਰਾਕ ਦੇ ਨਾਲ ਆਪਾਂ ਇਹਨੂੰ ਇੰਜੋਏ ਕਰ ਸਕਦੇ ਹਾਂ, ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਹਾਂਜੀ, ਅਤੇ ਇੱਕ ਗੀਤ ਹੋਰ ਹੋ ਜਾਵੇ ਜਿਹੜਾ ਕੋਈ ਵੀ ਤੁਹਾਡੀ ਪਸੰਦ ਆ। ਬਾਪੂ ਦੀਆਂ ਝਿੜਕਾਂ ਕੰਮ ਹੋਦੀਆਂ, ਜੋ ਰੋਕ ਦੇ ਮਾਰਿਆ ਰਾਹਾਂ ਤੋਂ, ਮਾਂ ਨੀ ਪੁੱਤ ਨੂੰ ਮਾੜਾ ਕਹਿੰਦੀ, ਭਾਵੇਂ ਪੁੱਤ ਨਾ ਸਾਂਭਣ ਮਾਮਾ ਨੂੰ, ਮਾਂ ਨੀ ਪੁੱਤ ਨੂੰ ਮਾੜਾ ਕਹਿੰਦੀ, ਭਾਵੇਂ ਪੁੱਤ ਨਾ ਸਾਂਭਣ ਮਾਮਾ ਨੂੰ। ਦੇਖੋ, ਇਸ ਗੀਤ ਦੇ ਵਿੱਚ ਇੱਕ ਕਿੱਡੀ ਸੇਧ ਆ ਕਿ ਪੁੱਤ ਭਾਵੇਂ ਇੱਕ ਪੁੱਤ ਹੋ ਜਾਣ, ਮਾਵਾਂ ਫਿਰ ਵੀ ਪੁੱਤਾਂ ਨੂੰ ਜਿਹੜਾ ਉਹ ਲਾਡ ਲਡਾਉਂਦੀਆਂ, ਆਪਣੇ ਪੁੱਤ ਨੂੰ ਕਦੇ ਵੀ ਮਾਂ ਮਾੜਾ ਨਹੀਂ ਕਹਿੰਦੀ, ਉਹਦੇ ਲਈ ਹਮੇਸ਼ਾ ਸੁੱਖਾਂ ਹੀ ਸੁੱਖ ਦੀ ਆ। ਅਤੇ ਇੱਕ ਬਹੁਤ ਵਧੀਆ ਮੈਸੇਜ ਆ ਕਿ ਆਪਣੇ ਮਾਂ ਬਾਪ ਦੀ ਵੀ ਤੁਸੀਂ ਕਦਰ ਕਰੋ, ਜਿਹਨਾਂ ਨੇ ਤੁਹਾਨੂੰ ਪਾਲਿਆ ਪੋਸ਼ਿਆ, ਤੁਹਾਡੇ ਲਈ ਬਹੁਤ ਸੁਪਨੇ ਦੇਖੇ ਹੁੰਦੇ ਜਿਹਨਾਂ ਨੇ, ਅਤੇ ਜਦੋਂ ਬੁਢਾਪੇ ਦੇ ਟਾਈਮ ਮਾਂ ਬਾਪ ਦਾ ਜਿਹੜਾ ਸਹਾਰਾ ਜ਼ਰੂਰ ਬਣਨਾ ਚਾਹੀਦਾ ਹੈ। ਅਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ, ਨਵੀਂ ਜਿਹੜੇ ਹੋਰ ਜੰਗ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ? ਨਵੇਂ ਨੌਜਵਾਨ ਪੀੜ੍ਹੀ ਨੂੰ ਇਹੀ ਆ ਵੀ ਨਸ਼ਿਆਂ ਤੋਂ ਪਰੇ ਹੱਟ ਕੇ ਆਪਣੇ ਪੰਜਾਬ ਦੀ ਤੁਸੀਂ ਤਰੱਕੀ ਜੇ ਕਰਨੀ ਹੈ ਤਾਂ ਵਧੀਆ ਪੜ੍ਹਾਈ ਲਿਖਾਈ ਕਰਕੇ ਤਾਂ ਆਪਣੇ ਮਾਂ ਬਾਪ ਦੀ ਸੇਵਾ ਕਰੋ, ਤਾਂ ਫਿਰ ਤੁਸੀਂ ਜਿਹੜੀਆਂ ਮਾਂ ਬਾਪ ਦੀਆਂ ਦੁਆਵਾਂ ਉਹ ਤੁਹਾਨੂੰ ਕਾਮਯਾਬ ਕਰਨਗੀਆਂ। ਤਾਂ ਇਹ ਮੇਰਾ ਇੱਕ ਮੈਸੇਜ ਆ ਵੀ ਵਧੀਆ ਕਲਾਕਾਰਾਂ ਨੂੰ ਸੁਣੋ, ਅਤੇ ਇਹਨਾਂ ਚੀਜ਼ਾਂ ਤੋਂ ਪਰੇ ਹੋ ਕੇ, ਨਸ਼ਿਆਂ ਤੋਂ ਪਰੇ ਹੋ ਕੇ ਆਪਣਾ ਜੀਵਨ ਵਧੀਆ ਤਰੀਕੇ ਨਾਲ ਤੁਸੀਂ ਬਤੀਤ ਕਰ ਸਕਦੇ ਹੋ, ਇਹ ਮੇਰਾ ਇੱਕ ਮੈਸੇਜ। ਹਾਂਜੀ, ਦੇਖੋ ਇਹ ਤੁਸੀਂ ਗੱਲਬਾਤ ਕੀਤੀ ਇਹ ਸੀਗੇ ਮੇਜਰ ਸ਼ੰਕਰ ਜੀ, ਜੋ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਵੀ ਕਰਦੇ ਨੇ ਅਤੇ ਨਾਲ ਨਾਲ ਗਾਇਕੀ ਦਾ ਸ਼ੌਂਕ ਵੀ ਰੱਖਦੇ ਨੇ। ਖੁਦਾ ਮਹਿਬੂਬ ਮਿਲਾ ਦੇ ਤੂੰ, ਜਿਹੀ ਫਰਿਆਦ ਕਰਦੇ ਹੈ, ਤੁਮੀ ਹੋ ਇਸ ਦੁਨੀਆ ਮੇ, ਤੁਮੇ ਹਮ ਪਿਆਰ ਕਰਦੇ ਹੈ।
ਆਈਡੀਅਲ ਡਰਾਈਵਿੰਗ ਇੰਸਟੀਚਿਊਟ ਹੁਣ ਅਲ ਕੁਈਨ ਦੁਬਈ, ਜੋ ਆਪ ਸਭ ਦੀ ਸੇਵਾ ਵਿੱਚ 1990 ਤੋਂ ਗੁਜਰ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤੱਖਰ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ। ਇਸ ਵਿੱਚ ਡਰਾਈਵਿੰਗ ਲਾਇਸੈਂਸ ਅਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ। ਹੁਣ ਹੋਰ ਵੀ ਨਵੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਲਾਹੌਰ ਵਿਖੇ ਆਓ ਅਤੇ ਇਸ ਵਧੀਆ ਮੌਕੇ ਦਾ ਲਾਭ ਉਠਾਓ। ਡਰਾਈਵਿੰਗ ਲਾਇਸੈਂਸ ਲਈ ਸਿਰਫ 50,000 ਐਡਵਾਂਸ, ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ। PNC ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ। ਦੁਬਈ ਜਾਣ ਦੇ ਚਾਹਵਾਨ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਖਰ ਨਾਲ ਸੰਪਰਕ ਕਰੋ। ਫੋਨ ਨੰਬਰ 98-150-26-644, 98-720-16-644।